ਅਸਲਾਮ ਵਾਲੇਕੁਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਰਜਬ ਅਲੀ, ਤੁਸੀਂ ਵੇਖ ਰਹੇ ਨੀਲੀ ਪੰਜਾਬ ਟੀਵੀ। ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ, ਬੈਲ ਆਈਕੋਨ ਦਾ ਬਟਨ ਕਰੋ ਓਕੇ, ਤਾਂ ਕਿ ਸਾਡੀ ਨਵੀਂ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਦੋਸਤੋ, ਅੱਜ ਅਸੀਂ ਤੁਹਾਡੇ ਵਾਸਤੇ ਜਨਾਬ ਇੱਕ ਸਪੈਸ਼ਲ ਛੋਟੀ ਦੀ ਵੀਡੀਓ ਲੈ ਕੇ ਆਇਆ। ਮੇਰਾ ਕੈਮਰਾਮੈਨ ਤੁਹਾਨੂੰ ਛੋਟੀ ਦਿਖਾਉਂਦਾ, ਮਾਸ਼ਾਅੱਲਾ ਬਿੱਲੀਆਂ ਅੱਖਾਂ, ਥੋੜ੍ਹਾ ਜਿਹਾ ਮੱਥਾ ਸਫੈਦ, ਚੂਰਕੁੰਡ ਸਿੰਘ, ਬੱਗੀ ਮੁੱਛ। ਮੇਰਾ ਕੈਮਰਾਮੈਨ ਤੁਹਾਨੂੰ ਹਰ ਇੱਕ ਚੀਜ਼ ਦਿਖਾਵੇਗਾ। ਮੁੱਠ ਮੁੱਠ ਦਾ ਥਾਂ ਹੈ, ਚੰਗੀਆਂ ਵਿਰਲਾਂ, ਇਹ ਤੁਸੀਂ ਦੇਖ ਸਕਦੇ, ਬਿਲਕੁਲ ਬਾਹੀਆਂ ਬਰਾਬਰ। ਹਾਲੇ ਤੱਕ ਤਕਰੀਬਨ ਕਾਫੀ ਦਿਨ ਲੈਂਦੀ, 12 ਦਿਨ। ਮਾਸ਼ਾਅੱਲਾ ਚੰਗਾ ਹਵਾਨਾ, ਪਿੱਛੇ ਵੀ ਰੱਖਿਆ, ਅੱਗੇ ਵੀ ਇਨਸ਼ਾਅੱਲਾ ਚੰਗਾ ਹਵਾਨਾ ਹੋਰ ਵੀ ਬਣਾਵੇਗੀ। ਇੱਕ ਖੁਰ ਥੋੜਾ ਜਿਹਾ ਸਫੈਦ ਹੈ ਪਿਛਲਾ, ਬਾਕੀ ਤੁਸੀਂ ਦੇਖ ਰਿਹਾ ਜੇ ਹਰ ਪਾਸੋਂ ਚੋਟੀ ਪੂਰੀ ਹੈ। ਬਾਹੀਆਂ ਵੀ ਬਰਾਬਰ ਨੇ, ਚੰਗੀਆਂ ਮਾਸ਼ਾਅੱਲਾ ਵਿਰਲਾਂ ਨੇ ਇਹਦੇ 'ਚ। ਲੈ ਆਓ ਜੀ ਪਿਛਾਣੇ ਵੀ, ਹਰ ਪਾਸੋਂ ਸਾਫ਼ ਸੁਥਰੀ, ਚੰਗੀਆਂ ਵਿਰਲਾਂ ਲਈ ਖੜੀ। ਬਾਕੀ ਕਿੰਨੇ ਦਿਨ ਲੈਂਦੀ ਜਾਂ ਕੀ ਹਿਸਾਬ ਕਿਤਾਬ, ਸਾਰਾ ਮਾਲਕ ਕੋਲੋਂ ਪੁੱਛਾਂਗੇ। ਹੁਣ ਜੀ ਆਪਾਂ ਮਾਲਕ ਨਾਲ ਗੱਲ ਕਰ ਲੈਂਦੇ ਹਾਂ। ਅਸਲਾਮ ਵਾਲੇਕਮ ਜੀ। ਵਾਲੇਕਮ ਸਲਾਮ। ਮਲਕ ਸਾਹਿਬ ਕੀ ਹਾਲ ਹੈ ਜੀ? ਠੀਕ ਠਾਕ ਜਨਾਬ। ਤਬੀਅਤਾਂ ਸਿਹਤਾਂ ਠੀਕ ਨੇ? ਬਿਲਕੁਲ ਠੀਕ ਠਾਕ। ਮਲਕ ਸਾਹਿਬ ਇਹ ਦੱਸੋ ਕਿ ਕਿੰਨੇ ਦਿਨ ਲੈ ਜਾਏਗੀ ਮੱਝ ਆਪਣੀ ਸੂਣ 'ਚ? ਇਹ ਜੀ ਇਹਦੇ ਦਿਨ 12 ਪਏ ਨੇ ਸੂਣ 'ਚ। ਅੱਛਾ, 12 ਦਿਨ ਪੱਕੇ ਸੂਣ 'ਚ ਪਏ ਨੇ। ਦਿਨ ਪੂਰੇ ਹੋ ਜਾਣਗੇ। ਠੀਕ ਹੋਗਾ ਜੀ, ਹੋ ਸਕਦਾ ਉੱਤੇ ਦਿਨ ਲੈ ਜਾਵੇ। ਹਾਂ ਨਹੀਂ, ਉੱਤੇ ਨਹੀਂ, ਦਿਨ ਪੂਰੇ ਇਹਦੇ 12 ਦਿਨ ਪਏ ਨੇ। ਠੀਕ ਹੋਗਾ ਜੀ। ਕਿੰਨਵਾਂ ਸੁਬਾ ਸੁਣਾ ਨੇ? ਇਹ ਦੂਸਰਾ ਸੁਬਾ ਸੁਣਦੀ ਪਈ। ਪਹਿਲੇ ਸੁਬੇ ਦਾ ਕੋਈ ਅੰਦਾਜ਼ਾ, ਦੁੱਧ ਦਾ ਕਿੰਨਾ ਕੁ ਦਿੱਤਾ ਜੀ ਨੇ? ਇਹ 12-13 ਗੱਡਵੀਆਂ ਪਹਿਲੇ ਸੂਏ 'ਚ ਦੁੱਧ ਦਿੰਦੀ ਰਹੀ। ਠੀਕ ਹੋ ਗਿਆ ਜੀ। ਹੁਣ ਦੂਸਰਾ ਸੂਆ ਸੁਣਾ, ਦੂਸਰਾ ਦਿਨ ਲੈ ਜਾਏਗੀ ਸੂਣ 'ਚ, 12 ਦਿਨ ਸਿਰਫ਼। ਇਹਦੀ ਮੁਨਾਸਬ ਜੀ ਕੀਮਤ ਕਿੰਨੀ ਹੈ ਜੀ? ਸਿਰਫ 2,30,000। 2,30,000? ਹਾਂਜੀ। ਕੋਈ ਪਿਆਰ ਹੋਵੇ ਇਹਦੇ 'ਚ? ਚਲੋ ਕੋਈ ਮਾੜਾ ਮੋਟਾ, ਮਾੜਾ ਮੋਟਾ ਕਰ ਲਾਂਗੇ। ਠੀਕ ਹੋ ਗਿਆ। ਦੋਸਤੋ ਕਹਿ ਰਹੇ ਨੇ ਕਿ 2,30,000 ਰੁਪਇਆ ਕੀਮਤ ਹੈ, 10-12 ਦਿਨ ਲੈ ਜਾਏਗੀ ਸੂਣ 'ਚ, ਪਿਆਰ ਮੁਹੱਬਤ ਕਹਿੰਦੇ ਨੇ, ਕਰ ਲਾਂਗੇ। ਅਗਰ ਕਿਸੇ ਮੇਰੇ ਦੋਸਤ ਨੂੰ ਪਸੰਦ ਆ ਜਾਂਦੀ, ਸਾਡੇ ਨਾਲ ਰਾਬਤਾ ਕਰ ਸਕਦਾ 0307-6655 ਸਾਡਾ ਵਟਸਐਪ ਨੰਬਰ ਹੈ ਜੀ। ਉਮੀਦ ਹੈ ਕਿ ਅੱਜ ਵਾਲੀ ਵੀਡੀਓ ਤੁਹਾਨੂੰ ਪਸੰਦ ਆਏਗੀ। ਮਿਲਦੇ ਹਾਂ ਅਗਲੀ ਵੀਡੀਓ 'ਚ। ਖੁਦਾ ਹਾਫਿਜ਼।